the biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. चैनल वाई देख रहे सारे दर्शकों का एक बार फिर बहुत बहुत स्वागत है साढ़े प्रोग्राम साउथ एशियन 360 लाइव दे विच। और अज मंगलवार का दिन है और गलबात जी अज यहोजे मुद्दे उत्ते करन जा रहे हैं जिहड़ा कि अपने खेत्र दे नाल रिलेटेड आ। कोई भी देश होवे, कोई भी शहर होवे, उहदी जिहड़ी प्रोग्रेस हैगी आ उहदी कनैक्टिविटी नाल डिपेंड कर उत्ते बहुत ज़्यादा डिपेंड करती है। वह किन्ने ज़्यादा तरीके दे नाल, किन्ने वधिया तरीके दे नाल एक दूजे शहर के नाल कनैक्टेड हैगा, उत्थे आवाजाई के किहड़े किहड़े साधन मौजूद ने। सो बहुत सारे ये फैक्टर्स जिहड़े हैगे आ उह उस खिते की जिहड़ी डिवेलपमेंट हैगी उहनूं इफेक्ट करदे आ। जे असीं गल करिए इस समय इंडिया की, इंडिया दे विच वी काफ़ी लंबे समय पहला एक जिहड़ा नवा कॉन्सैप्ट शुरू होया सी रिंग रोड का, अजकल उह कॉन्सैप्ट बाकी देशों दे विच वी अपनाया जा रहा। कैनेडा दे विच इन्ना ज़्यादा अजे तक पॉपुलर जिहड़ा आ उह नहीं हो रहा, हालांकि अगर असी अपने खेत्र की गल करिए जी टी ए की, और जी टी ए दे विच काफ़ी लंबे समय तो यह मांग की जाती रही है कि अपना यह खेत्र जिहड़ा है इनू कनैक्टिविटी की होर ज़्यादा जरूरत है। साडे कोल चाहे बहुत सारे हाईवेज़ हैगे आ, बट इस तों इलावा एक रिंग रोड जिहड़ा या कह सकते हैं एक नवा हाईवे जिहड़ा है उहदी डिमांड काफ़ी लंबे समय तो की जाती रही है। साल 2002 दे उत्ते एक जिहड़ी सर्वे सी उह बिठाया गया सीगा। सो उस सर्वे की अजे तक रिपोर्ट्स जिहड़ियां हैगियां उह चलदियां पईयां है। इस जिहड़ी नवा प्रपोज्ड हाईवे सीगा हाईवे 413 जिसनूं नाम दिता गया सीगा, सो इहदे विच हुण जिहड़ियां काफ़ी ज़्यादा मुश्किल आ रही हैं उहदे विच की प्रॉब्लम्स हैगियां और की अगे चल के उहदे विच हो सकता है, क्योंकि इस समय कुछ एनवायरमेंटलिस्ट जिहड़े हैगे आ ਉਹ ਇਸਦਾ ਵਿਰੋਧ ਕਰਦੇ ਪਏ ਆ, ਜਦਕਿ ਦੂਜੇ ਪਾਸੇ ਜਿਹੜੇ ਰੈਜ਼ੀਡੈਂਟਸ ਹੈਗੇ, ਕਿਉਂਕਿ ਇਹ ਜਿਹੜਾ ਹਾਈਵੇ ਹੈਗਾ ਇਹ ਵੌਨ ਔਰ ਮਿਲਟਨ ਨੂੰ ਆਪਸ ਦੇ ਵਿੱਚ ਕਨੈਕਟ ਕਰੇਗਾ, ਵਿੱਚੋਂ ਜੀ ਟੀ ਏ ਜਿਹੜਾ ਖੇਤਰ ਹੈਗਾ ਆ ਇਹਨੂੰ ਟੋਟਲ ਇੱਕ ਤਰੀਕੇ ਨਾਲ ਉਹ ਬਾਈਪਾਸ ਕਰ ਸਕਦੇ ਆ। ਸੋ ਵੌਨ ਨੂੰ ਵੀ ਇੱਕ ਨਵੇਂ ਹਾਈਵੇ ਦੀ ਲੋੜ ਹੈਗੀ ਆ, ਸੋ ਵੌਨ ਨੂੰ ਕਨੈਕਟੀਵਿਟੀ ਮਿਲ ਜਾਏਗੀ, ਬ੍ਰੈਂਪਟਨ ਨੂੰ ਮਿਲ ਜਾਏਗੀ ਨਾਲ ਦੀ ਨਾਲ, ਮਿਲਟਨ ਔਰ ਉਸਦੇ ਨਾਲ ਨਾਲ ਰਸਤੇ ਦੇ ਵਿੱਚ ਜਿਹੜੇ ਵੀ ਸ਼ਹਿਰ ਆਉਂਦੇ ਹੈਗੇ ਸਾਰਿਆਂ ਨੂੰ ਕਨੈਕਟੀਵਿਟੀ ਜਿਹੜੀ ਆ ਉਹ ਮਿਲ ਸਕਦੀ ਆ। ਸੋ ਇਹਦੇ ਨਾਲ ਇਹ ਖੇਤਰ ਜਿਹੜਾ ਹੈਗਾ ਉਹ ਡਿਵੈਲਪ ਹੋ ਸਕਦਾ ਆ, ਪਰ ਜਿਹੜੇ ਇਨਵਾਇਰਮੈਂਟਲਿਸਟ ਨੇ ਉਹ ਇਸਦਾ ਵਿਰੋਧ ਕਰਦੇ ਆ ਰਹੇ ਨੇ। ਔਰ ਰੀਸੈਂਟਲੀ ਖਬਰ ਆ ਰਹੀ ਹੈ ਕਿ ਇਹ ਹੁਣ ਜਿਹੜਾ ਪ੍ਰੋਜੈਕਟ ਹੈਗਾ ਇਸ ਨੂੰ ਬੰਦ ਕੀਤਾ ਜਾ ਰਿਹਾ। ਸੋ ਇਸ ਦੇ ਉੱਤੇ ਇੱਕ ਪਟੀਸ਼ਨ ਪਾਈ ਜਾ ਰਹੀ ਹੈ, ਸੋ ਇਸ ਪਟੀਸ਼ਨ ਦੇ ਬਾਰੇ ਅਸੀਂ ਵਧੇਰੇ ਜਾਣਕਾਰੀ ਲਵਾਂਗੇ ਔਰ ਇਸ ਮਾਮਲੇ ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ ਬਲਕਾਰਨ ਢਿੱਲੋਂ ਜੀ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਬਲਕਾਰਨ ਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਸਾਰੇ ਸਰੋਤਿਆਂ ਨੂੰ, ਪਹਿਲਾਂ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਡਿਸਕਸ ਕਰਾਂਗੇ ਹਾਈਵੇ ਜੀ ਟੀ ਏ ਵੈਸਟ ਕੋਰੀਡੋਰ, ਅਤੇ ਜਾਂ ਹਾਈਵੇ 413 ਵੀ ਨਾਮ ਦਿੱਤਾ ਗਿਆ ਜੀ। ਇਹ ਮੈਂ ਪਹਿਲਾਂ ਇਹ ਦੱਸਦਿਆਂ ਕਿ ਇਹਦਾ ਰੂਟ ਕੀ ਹੈਗਾ, ਤਾਂ ਸਾਰੇ ਲੋਕਾਂ ਨੂੰ, ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਵੀ ਇਹਦਾ ਰੂਟ ਕੀ ਹੈ। ਇਹਦੇ ਵਿੱਚ ਜਦੋਂ ਥੋੜ੍ਹੀ ਜਿਹੀ ਬਰੀਫ ਹਿਸਟਰੀ ਹੈ ਕਿ 2002 ਦੇ ਵਿੱਚ ਜਦੋਂ ਇਹ ਸਟਾਰਟ ਕੀਤਾ ਸੀ ਪ੍ਰੋਵਿੰਸ ਨੇ ਕਿ ਇਹ ਹਾਈਵੇ ਹੋਣਾ ਚਾਹੀਦਾ, ਤਾਂ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਬਹੁਤ ਸਾਰੀਆਂ ਸਟੱਡੀਆਂ ਹੋਈਆਂ। 2007 'ਚ ਇੱਕ ਪੈਨਲ ਅਪੁਆਇੰਟ ਕੀਤਾ, ਉਹਦੇ ਬਾਅਦ ਬਹੁਤ ਸਾਰੇ ਕੰਸਲਟੈਂਟ ਅਪੁਆਇੰਟ ਕੀਤੇ। 2011 ਤੱਕ ਇਹ ਕਾਫੀ ਸਿਟੀਜ਼ ਦੇ ਪਬਲਿਕ ਦੇ ਇਨਪੁੱਟ ਵੀ ਹੋ ਗਏ, ਉਸ ਤੋਂ ਬਾਅਦ ਲੋਕਲ ਮਿਊਨਸਪੈਲਿਟੀਆਂ ਨੂੰ, ਰੀਜਨ ਨੂੰ ਇਨਵੋਲਵ ਕੀਤਾ। ਠੀਕ ਹੈ ਜੀ। ਸਪੈਸ਼ਲੀ ਆਪਣੀ ਸਿਟੀਜ਼ ਬ੍ਰੈਂਪਟਨ, ਮਿਸਿਸਾਗਾ ਅਤੇ ਰੀਜਨ ਆਫ ਪੀਲ ਨੇ, ਵਾਨ ਨੇ, ਵੁੱਡਬ੍ਰਿਜ ਨੇ ਵੀ ਕਾਫੀ ਸਾਰੀ ਮਨੀ ਇਹਨੂੰ ਸਪੈਂਡ ਕੀਤੀ। ਤਾਂ ਉਸ ਤੋਂ ਬਾਅਦ ਇਹਨੂੰ ਸਮਰ 2015 ਦੇ ਵਿੱਚ ਜਦੋਂ ਇਹ ਹਾਈਵੇ ਦਾ ਆਲਮੋਸਟ ਰੂਟ ਫਾਈਨਲ ਕਰ ਲਿਆ ਸੀਗਾ, ਜਿਹੜੀ ਕਿ ਇਨਵਾਇਰਮੈਂਟਲ ਅਸੈਸਮੈਂਟ ਸਟੱਡੀ ਕਹਿੰਦੇ ਆ ਫੇਜ਼ 2, ਤਾਂ ਉਸ ਟਾਈਮ ਇਹ ਡਿਕਲੇਅਰ ਕੀਤਾ ਗਿਆ ਕਿ ਸਾਨੂੰ ਦਸੰਬਰ ਦੇ ਵਿੱਚ ਪਬਲਿਕ ਦੇ ਹੁਣ ਇਨਪੁੱਟ ਤੋਂ ਬਾਅਦ, ਕਿਉਂਕਿ ਕਈ ਜਗ੍ਹਾ 'ਤੇ ਇੱਕ ਰੂਟ ਸੀ, ਕਈ ਜਗ੍ਹਾ 2 ਜਾਂ 3 ਰੂਟ ਸੀਗੇ, ਉਹਨਾਂ 'ਚੋਂ ਪਬਲਿਕ ਦਾ ਇਨਪੁੱਟ ਲੈਣਾ ਸੀ ਕਿ ਨੰਬਰ 1 ਪਿੱਕ ਕਰੋ ਜਾਂ 2 ਜਾਂ 3। ਉਸ ਦੇ ਇਨਪੁੱਟ ਦੇ ਬੇਸ 'ਤੇ ਦਸੰਬਰ ਦੇ ਵਿੱਚ ਫਾਈਨਲਾਈਜ਼ ਕਰਨਾ ਸੀਗਾ ਕਿ ਕਿਹੜਾ ਰੂਟ ਆਪਾਂ ਫਾਈਨਲ ਕੀਤਾ ਜਾਊਗਾ।
ਪਰ ਦਸੰਬਰ ਦੇ ਵਿੱਚ ਲੋਕਾਂ ਨੂੰ ਇਹ ਸੀ ਕਿ ਹੁਣ ਰੂਟ ਫਾਈਨਲ ਹੋ ਜੂਗਾ, ਦੈਨ ਇਸ ਦੇ ਅਕੋਰਡਿੰਗ ਜਿਹੜਾ ਹੈਗਾ ਸਿਟੀ ਜਿਹੜੀ ਅਦਰ ਲੈਂਡ ਨੂੰ ਓਪਨ ਕਰ ਦੂਗੀ ਅਤੇ ਅਕੋਰਡਿੰਗਲੀ ਜਿਹੜਾ ਹੈਗਾ ਬਿਜ਼ਨਸ ਅਤੇ ਹੋਰ ਡਿਵੈਲਪਮੈਂਟ ਚਾਲੂ ਹੋ ਜਾਣੇ ਆ। ਪਰ ਦਸੰਬਰ ਦੇ ਵਿੱਚ ਜਿਹੜੇ MTO ਮਿਨਿਸਟਰ ਸਾਹਿਬ ਹੈਗੇ ਸਟੀਵਨ ਡਾਲਡੂਕਾ, ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤਾ ਦਸੰਬਰ 16 ਨੂੰ ਕਿ ਵੀ ਇਹ ਹਾਈਵੇ ਜਿਹੜਾ ਪੋਸਟਪੋਨ ਕਰ ਰਹੇ ਹਾਂ, ਹਜੇ ਮਤਲਬ ਇਹਦੀ ਜਿਹੜੀ ਸਟੱਡੀ ਹੈਗੀ ਹੈ ਇਹ ਪੋਸਟਪੋਨ ਕਰ ਰਹੇ ਹਾਂ ਵਿਦਆਊਟ ਐਨੀ ਰੀਜ਼ਨ, ਐਂਡ ਵੀ ਵਿਲ ਲੈਟ ਯੂ ਨੋ ਇਨ ਦਾ ਸਪਰਿੰਗ 2016। ਸਪਰਿੰਗ ਦੇ ਵਿੱਚ ਕੁਛ ਨਹੀਂ ਹੋਇਆ, ਫਿਰ ਸਾਰੀਆਂ ਸਿਟੀਆਂ ਦੇ ਮੇਅਰ ਨੇ ਜਿਹੜੇ ਖਾਸ ਕਰਕੇ ਇਫੈਕਟਡ ਸੀਗੇ, ਵਾਨ ਦੇ, ਕੈਲਡਨ ਦੇ, ਮਿਸਿਸਾਗਾ ਦੇ, ਬ੍ਰੈਂਪਟਨ ਦੇ, ਮਿਲਟਨ ਦੇ, ਇਹਨਾਂ ਨੇ ਆਪਦੇ ਰੈਜੋਲੂਸ਼ਨ ਪਾਸ ਕੀਤੇ, ਮਿਨਿਸਟਰ ਨੂੰ ਲੈਟਰ ਲਿਖੇ, ਫਾਈਨਲੀ ਕੋਈ ਉਹਦਾ ਰਿਸਪੋਂਸ ਨਹੀਂ ਆਇਆ। ਫਿਰ ਇਹਨਾਂ ਨੇ ਜਾ ਕੇ ਸਪੈਸ਼ਲੀ ਮੀਟਿੰਗ ਵੀ ਕੀਤੀ, ਬਹੁਤ ਸਾਰੇ ਆਰਟੀਕਲ ਵੀ ਆਏ ਟੋਰਾਂਟੋ ਸਟਾਰ ਦੇ ਵਿੱਚ ਵੀ, ਤਾਂ ਉਹ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਪੈਨਲ ਅਪੁਆਇੰਟ ਕਰ ਦਿੱਤਾ ਮਿਨਿਸਟਰ ਸਾਹਿਬ ਨੇ, ਜਿਹਦੇ ਵਿੱਚ ਕਿ 3 ਮੈਂਬਰ ਅਪੁਆਇੰਟ ਕਰ ਦਿੱਤੇ ਆ, ਜਿਹੜੇ ਉਹ ਆਲ 3 ਮੈਂਬਰਸ ਹੈਗੇ ਜਿਹੜੇ ਇੱਕ ਉਹਨਾਂ 'ਚੋਂ ਮੈਂਬਰ ਜਿਹਨਾਂ ਨੇ ਕਿ ਗ੍ਰੀਨ ਬੈਲਟ ਐਕਟ ਬਣਾਇਆ ਸੀ 2005 ਦੇ ਵਿੱਚ, ਅਤੇ 2 ਅਦਰ ਇਨਵਾਇਰਮੈਂਟਲਿਸਟ ਹੈਗੇ ਆ। ਸੋ ਬੇਸਿਕਲੀ ਇਹ ਲੱਗ ਰਿਹਾ ਸਾਨੂੰ ਕਿ ਜਿਹੜਾ ਹੈਗਾ ਪ੍ਰੋਵਿੰਸ ਇਸ ਹਾਈਵੇ ਨੂੰ ਇੱਕ ਰਿਪੋਰਟ ਜਨਰੇਟ ਕਰਕੇ ਇਨਵਾਇਰਮੈਂਟਲਿਸਟ ਦੀ, ਤਾਂ ਉਹ ਕੰਮ ਉਹਦੀ ਇੱਕ ਪੂਰਤੀ ਕਰਕੇ ਹਾਈਵੇ ਨੂੰ ਕੈਂਸਲ ਕਰਨਾ ਚਾਹੁੰਦਾ। ਇਹ ਸਾਰੀ ਮਿਊਂਸਪੈਲਿਟੀ ਦੇ ਮੇਅਰਸ ਦੇ ਵੀ ਜਿਹੜੇ ਮਿਲ ਕੇ ਆਏ ਆ ਮਿਨਿਸਟਰ ਸਾਹਿਬ ਨੂੰ, ਉਹਨਾਂ ਦੇ ਵੀ ਵਿਊ ਇਹੀ ਹੈਗੇ ਆ, ਤਾਂ ਉਹ ਕਹਿ ਰਹੇ ਉਹਨਾਂ ਨੇ ਕਾਫੀ ਆਪਣੇ ਲੈਵਲ 'ਤੇ ਟਰਾਈ ਕੀਤੀ ਹੈ। ਸੋ ਅਸੀਂ ਇਸ ਨੂੰ ਦੁਬਾਰਾ ਇਹ ਗੌਰਮੈਂਟ ਨੂੰ ਮੈਸੇਜ ਦੇਣ ਦੇ ਲਈ ਇੱਕ ਪਟੀਸ਼ਨ ਫਾਇਲ ਕੀਤੀ ਹੈ। ਪਟੀਸ਼ਨ ਦੇ ਵਿੱਚ ਅਸੀਂ ਕਹਿ ਰਹੇ ਹੈਗੇ ਕਿ ਵੀ ਆਈ ਵਾਂਟ ਹਾਈਵੇ 413, ਉਹਦੇ 'ਚ ਪਟੀਸ਼ਨ ਆਪਾਂ ਉਹਦੇ ਫੇਵਰ ਦੇ ਲਈ ਫਾਇਲ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਵੈਬਸਾਈਟ ਦਾ ਹੈਗਾ www.iwanthw413.ca, ਅਤੇ ਜਾ ਕੇ ਸਾਰੇ ਪਬਲਿਕ ਨੂੰ ਮੈਂ ਅਪੀਲ ਕਰਦਾ ਹੈਗਾ, ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਉਹਦੇ 'ਤੇ ਜਾ ਕੇ ਪਟੀਸ਼ਨ ਸਾਈਨ ਕਰੋ, ਤਾਂ ਕਿ ਆਪਾਂ ਵੱਧ ਤੋਂ ਵੱਧ ਪਟੀਸ਼ਨ ਸਾਈਨ ਕਰਕੇ ਆਪਾਂ ਮਿਨਿਸਟਰ ਸਾਹਿਬ ਨੂੰ ਦੱਸ ਸਕੀਏ ਕਿ ਨਹੀਂ ਅਸੀਂ ਹਾਈਵੇ ਚਾਹੁੰਦੇ ਹੈਗੇ ਹਾਂ, ਇੱਥੋਂ ਦੀ ਪਬਲਿਕ ਹਾਈਵੇ ਚਾਹੁੰਦੀ ਹੈ। ਡੈਫੀਨੇਟਲੀ ਜਦੋਂ ਆਪਾਂ ਹਾਈਵੇ ਬਣਾਉਂਦੇ ਹਾਂ ਇਨਵਾਇਰਮੈਂਟਲ ਦਾ ਡੈਮੇਜ ਹੁੰਦਾ, ਪਰ ਜੇ ਆਪਾਂ ਉਹਨੂੰ ਇਹ ਦੇਖਿਆ ਜਾਵੇ ਓਵਰਆਲ ਕਿ ਆਪਾਂ ਉਨੇ ਟ੍ਰੀ ਆਪਾਂ ਹੋਰ ਗਰੋ ਕਰ ਸਕਦੇ ਹੈਗੇ ਹਾਂ, ਅਤੇ ਇਹਦੇ ਨਾਲ ਕੋਂਬੀਨੇਸ਼ਨ ਦੇ ਨਾਲ ਇਹ ਡਿਵੈਲਪਮੈਂਟ ਕੀਤਾ ਜਾ ਸਕਦਾ। ਆਲਵੇਜ਼ ਜਦੋਂ ਵੀ ਡਿਵੈਲਪਮੈਂਟ ਹੋਇਆ ਇਨਵਾਇਰਮੈਂਟ ਦਾ ਡੈਫੀਨੇਟਲੀ ਡੈਮੇਜ ਹੁੰਦਾ ਹੈਗਾ ਥੋੜ੍ਹਾ, ਪਰ ਉਹਦੇ ਲਈ ਹੋਰ ਜਿਹੜੇ ਹੈਗੇ ਅਦਰ ਸਾਈਡ, ਆਪਾਂ ਇੱਕੋ ਹੀ ਚੀਜ਼ ਨੂੰ ਨਹੀਂ ਦੇਖ ਸਕਦੇ ਕਿ ਆਪਾਂ ਟ੍ਰੀ ਕੱਟ ਰਹੇ ਹਾਂ, ਬਾਕੀ ਹੋਰ ਵੀ ਬਹੁਤ ਸਾਰੇ ਇਫੈਕਟ ਦੇਖਣੇ ਪੈਂਦੇ ਹੈਗੇ ਕਿ ਉਹਨੂੰ ਆਪਾਂ ਡਿਵੈਲਪਮੈਂਟ ਕਿਵੇਂ ਕੀਤਾ ਜਾਵੇ। ਅਤੇ ਜੇ ਮੈਂ ਗੱਲ ਕਰਾਂ ਕਿ ਹਾਈਵੇ 413 ਇੰਨਾ ਜ਼ਿਆਦਾ ਇੰਪੋਰਟੈਂਟ ਕਿਉਂ ਹੈਗਾ, ਇਹ ਦੇਖੋ ਜੀ ਤੁਸੀਂ 413 ਦਾ ਪਹਿਲਾਂ ਮੈਂ ਰੂਟ ਦੱਸ ਦਿਆਂ ਵੀ ਇਹਦਾ ਰੂਟ ਕੀ ਹੈਗਾ। ਜਿਹੜਾ ਹਾਈਵੇ 413 ਹੈਗਾ ਇਹ ਸਟਾਰਟਿੰਗ ਕਰਨਾ ਇਹਨੇ ਹਾਈਵੇ 400 ਤੋਂ, ਅਤੇ 401 ਦੇ ਵਿੱਚ ਮਰਜ ਹੋ ਜਾਣਾ। ਠੀਕ ਹੈ ਜੀ। 400 ਤੋਂ ਇਹ ਜਸਟ ਨੌਰਥ ਆਫ ਮੇਜਰ ਮਕੈਂਜੀ ਤੋਂ ਸਟਾਰਟ ਹੋਣਾ, ਤਾਂ ਇਹਨੇ ਅੱਗੇ ਜਾ ਕੇ 427 ਦੇ ਨਾਲ ਕਨੈਕਟ ਕਰਨਾ, ਜਿੱਥੇ ਕਿ 427 ਦਾ ਕੰਸਟਰਕਸ਼ਨ ਹੁਣ ਆਲਰੇਡੀ ਚੱਲੀ ਜਾਂਦਾ ਉਹ ਮੇਜਰ ਮਕੈਂਜੀ ਤੱਕ ਹੈਗਾ ਜੀ, ਉਹਦੇ ਨਾਲ ਕਨੈਕਟ ਹੋਣਾ। ਫਿਰ ਇਹਨੇ ਥੋੜ੍ਹਾ ਜਿਹਾ ਨੌਰਥ 'ਚ ਜਾ ਕੇ ਫਿਰ ਅੱਗੇ ਸਟੇਟ ਵੈਸਟ ਜਾ ਕੇ 410 ਦੇ ਨਾਲ ਕਨੈਕਟ ਕਰਨਾ, ਹਾਈਵੇ 10 ਦੇ ਕੋਲ ਜਾ ਕੇ, ਐਂਡ ਦੈਨ ਇਹਨੇ ਫਰਦਰ ਵੈਸਟ ਜਾਣਾ ਅਤੇ ਅੱਗੇ 401 ਦੇ ਵਿੱਚ ਮਰਜ ਹੋ ਜਾਣਾ, ਜਿੱਥੇ ਕਿ 407 ਅਤੇ 401 ਮਰਜ ਹੋ ਰਿਹਾ ਉੱਥੇ ਜਾ ਕੇ ਮਰਜ ਹੋ ਜਾਣਾ, ਅਤੇ ਇੱਕ ਤਰ੍ਹਾਂ ਦੀ ਰਿੰਗ ਰੋਡ ਬਣ ਜਾਣੀ ਹੈਗੀ ਹੈ। ਬਾਈਪਾਸ ਵੀ ਆਪਾਂ ਜਿਵੇਂ ਟਿਫਿਕਲ ਲੈਂਗੁਏਜ ਆਪਣੇ ਜਿਵੇਂ ਕੰਟਰੀ 'ਚ ਹੈਗੇ ਇੰਡੀਆ 'ਚ, ਬਾਈਪਾਸ ਕਿ ਸਾਰੀ ਸਿਟੀ ਤੋਂ ਬਾਹਰ ਹੋ ਜੂਗਾ। ਇਹਦਾ ਜਿਹੜਾ ਇਫੈਕਟ ਪੈਣਾ, ਇਹਦੇ ਨਾਲ ਇਕੱਲਾ ਹਾਈਵੇ ਨਹੀਂ ਕ੍ਰੀਏਟ ਹੋ ਜਾਣਾ, ਇਹਦੇ ਨਾਲ ਜਿਹੜਾ ਆਪਣੇ ਪੂਰੇ GTA ਦਾ, ਔਰ ਖਾਸ ਕਰਕੇ GTA ਵੈਸਟ ਦਾ, ਜਿਹੜੇ ਕਿ ਬ੍ਰੈਂਪਟਨ, ਮਿਸਿਸਾਗਾ, ਕੈਲਡਨ, ਮਿਲਟਨ, ਵਾਨ ਦੇ ਵਿੱਚ ਜਿਹੜੇ ਲੋਕ ਹੈਗੇ, ਉਹਦਾ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਣਾ, ਕਿਉਂਕਿ ਜਦੋਂ ਹਾਈਵੇ ਬਣਨਾ ਉਹਦੇ ਆਸੇ ਪਾਸੇ ਸਾਰੇ ਬਿਜ਼ਨਸ ਡਿਵੈਲਪ ਹੋਣੇ ਆ, ਸਾਰੀ ਇੰਡਸਟਰੀਜ਼ ਡਿਵੈਲਪ ਹੋਣੀਆਂ ਹੈਗੀਆਂ, ਉਹਦੇ ਆਸੇ ਪਾਸੇ ਵੱਡੀਆਂ ਵੱਡੀਆਂ ਕੰਪਨੀਜ਼ ਦੇ ਆਫਿਸਿਸ ਆਉਣੇ ਹੈਗੇ ਆ। ਕਿਉਂਕਿ ਹੁਣ ਇਸ ਟਾਈਮ ਜੇ ਆਪਾਂ ਕਿਸੇ ਨੂੰ ਵੀ ਕਿਹਾ ਜਾਵੇ ਕਿ ਨਹੀਂ ਆਪਾਂ ਤੁਸੀਂ ਏਅਰਪੋਰਟ ਦੇ ਉੱਤੇ ਜਾਂ ਕਿਤੇ ਇਸ ਸਾਈਡ ਦੇ ਨੌਰਥ 'ਚ ਕੋਈ ਤੁਸੀਂ ਆਪਣਾ ਆਫਿਸ ਦਿਓ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਸ਼ੂ ਹੁੰਦਾ ਕਿ ਕੋਈ ਹਾਈਵੇ ਨਹੀਂ ਹੈਗਾ, ਬਿਲਕੁਲ, ਔਰ ਕੋਈ ਵੀ ਟਰਾਂਸਪੋਰਟ ਕੰਪਨੀ ਵੀ ਉੱਥੇ ਨਹੀਂ ਜਾਂਦੀ, ਇਸ ਕਰਕੇ ਜਿਹੜਾ ਸਾਰਾ ਇਸ਼ੂਜ਼ ਆਉਂਦੇ ਆ ਹਾਈਵੇ ਦੇ ਆਉਂਦੇ ਆ। ਪਰ ਜਦੋਂ ਇਹ ਹਾਈਵੇ ਅਨਾਊਂਸ ਕਰ ਦਿੱਤਾ, ਜਿਹਦੀ ਕਿ 95% EA ਸਟੱਡੀ ਆਲਰੇਡੀ ਕੰਪਲੀਟ ਹੋ ਚੁੱਕੀ ਹੈ, ਉਹਦੇ ਗੌਰਮੈਂਟ ਦੇ ਜਿਹੜੇ ਥਾਊਜ਼ੰਡਸ ਆਫ ਡਾਲਰਸ, ਮਿਲੀਅਨਸ ਆਫ ਡਾਲਰ ਸਪੈਂਡ ਕਰ ਚੁੱਕੇ ਆ ਟੈਕਸਪੇਅਰ ਦੇ, ਤਾਂ ਨਾਓ ਇਜ਼ ਓਨਲੀ ਰੂਟ ਵੀ ਇਹਨੂੰ ਫਾਈਨਲ ਕਰਨਾ, ਅਤੇ ਜੇ ਉਹ ਅਨਾਊਂਸ ਕਰਦੇ ਆ ਤਾਂ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਮਿਊਂਸਪੈਲਿਟੀ ਦੇ ਲਈ ਸਾਈਡ ਦੀ ਜਿਹੜੀ ਪ੍ਰੋਪਰਟੀਜ਼ ਹੈਗੀਆਂ, ਲੈਂਡ ਹੈਗੀ ਆ, ਉਹ ਵੀ ਅਨਲੋਕ ਹੋ ਜੂਗੀ, ਪਲੱਸ ਉਹਦਾ ਡਿਵੈਲਪਮੈਂਟ ਸਟਾਰਟ ਹੋ ਜੂ। ਉਹਦੀਆਂ ਜਿਹੜੀਆਂ ਜੋਬਸ, ਆਪਾਂ ਨੂੰ ਇਹ ਹਾਈਵੇ ਬਣਨਾ 2031 ਤੱਕ, ਪਰ ਜਿਹੜੀਆਂ ਜੋਬਸ ਰਾਈਟ ਵੇ ਕ੍ਰੀਏਟ ਹੋਣ ਲੱਗ ਜਾਣੀਆਂ, ਜਿਹੜੀਆਂ ਕਿ ਹੋਰ ਬਿਜ਼ਨਸਸ ਮੂਵ ਹੋਣ ਲੱਗ ਜਾਣਗੇ, ਪਲੱਸ ਜਦੋਂ ਕੰਸਟਰਕਸ਼ਨ ਹੋਊਗਾ ਉਸ ਟਾਈਮ ਆਪਾਂ ਨੂੰ 5 ਤੋਂ 6 ਸਾਲ ਤੱਕ ਕੰਸਟਰਕਸ਼ਨ ਚੱਲੂਗਾ, ਥਾਊਜ਼ੰਡਸ ਆਫ ਜੋਬ ਉਹਦੇ 'ਚ ਹੋਣੀਆਂ। ਸੋ ਇਹ ਇੱਕ ਗ੍ਰੇਟ ਅਪਰਚੁਨਿਟੀ ਹੈਗੀ ਹੈ, ਜੇ ਆਪਾਂ ਇਹਨੂੰ ਸਪੋਰਟ ਕਰਦੇ ਹੈਗੇ ਹਾਂ 413 ਨੂੰ, ਤਾਂ ਆਪਾਂ ਇਹ ਹਾਈਵੇ
ਨੂੰ ਕੰਟੀਨਿਊ ਕਰ ਸਕਦੇ ਹੈਗੇ ਜੀ ਸਾਡੇ ਕੋਲ ਕੁਝ ਕਾਲਰ ਵੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਜੀ ਹੈਲੋ ਆਈ ਥਿੰਕ ਤੁਹਾਡੀ ਕਾਲ ਮਿਸ ਹੋ ਗਈ ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਸੋ ਜੇ ਤੁਸੀਂ ਗੱਲ ਕੀਤੀ ਕਿ ਇਹ ਹਾਈਵੇਜ਼ ਦੇ ਨਾਲ ਜੋਬਸ ਵੀ ਕ੍ਰੀਏਟ ਹੋਣਗੀਆਂ ਇਹ ਤਾਂ ਬਿਲਕੁਲ ਸਹੀ ਗੱਲ ਹੈਗੀ ਹੈ ਕਿਉਂਕਿ ਜਿਹੜੇ ਜਿਹੜੇ ਖੇਤਰ ਦੇ ਵਿੱਚੋਂ ਹਾਈਵੇ ਗੁਜ਼ਰੇਗਾ ਉੱਥੇ ਬਿਲਕੁਲ ਹਰ ਕੋਈ ਚਾਹੇਗਾ ਕਿ ਇਸ ਖੇਤਰ ਦੇ ਵਿੱਚ ਸਾਡੀ ਫੈਕਟਰੀ ਹੋਵੇ ਤਾਂ ਕਿ ਸਾਨੂੰ ਟਰਾਂਸਪੋਰਟੇਸ਼ਨ ਦਾ ਕੰਮ ਜਿਹੜਾ ਸਾਡਾ ਬਹੁਤ ਈਜ਼ੀ ਹੋ ਜਾਵੇ ਜੇ ਅਸੀਂ ਗੱਲ ਕਰੀਏ ਕੈਲਡਨ ਔਰ ਬ੍ਰੈਂਪਟਨ ਦੀ ਖਾਸ ਕਰਕੇ ਈਵਨ ਵੌਨ ਦੇ ਕੋਲ ਫਿਰ ਵੀ ਇੱਕ ਹਾਈਵੇ ਪਰ ਜੇ ਅਸੀਂ ਇੱਕ ਹੋਰ ਕਨੈਕਟੀਵਿਟੀ ਦੀ ਗੱਲ ਕਰੀਏ ਅਤੇ ਉਹ ਕਨੈਕਟੀਵਿਟੀ ਅਜੇ ਤੱਕ ਇਹਨਾਂ ਤਿੰਨਾਂ ਸਿਟੀਜ਼ ਕੋਲ ਖਾਸ ਕਰਕੇ ਨਹੀਂ ਹੈਗੀ ਸੋ ਇਸ ਖੇਤਰ ਦੇ ਲੋਕ ਜ਼ਿਆਦਾ ਇਫੈਕਟਡ ਹੈਗੇ ਆ ਸੋ ਆਈ ਥਿੰਕ ਅਗਰ ਟਾਰਗੇਟ ਸਾਨੂੰ ਕਰੀਏ ਕਿ ਇਹ ਪਰਟੀਕੁਲਰ ਕਮਿਊਨਿਟੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਜ਼ਿਆਦਾ ਇਹ 'ਚ ਐਕਟਿਵ ਰੋਲ ਅਦਾ ਕਰਨਾ ਚਾਹੀਦਾ ਹਾਂਜੀ ਟਰੂ ਹੈਗਾ ਜਿਵੇਂ ਤੁਸੀਂ ਕਿਹਾ ਕਿ ਬ੍ਰੈਂਪਟਨ ਖਾਸ ਕਰਕੇ ਇਸ ਏਰੀਏ ਨੂੰ ਵੈਸਟ ਨੂੰ ਇਫੈਕਟ ਕਰ ਰਿਹਾ ਇਹਦਾ ਇਫੈਕਟ ਇਹ ਹੋ ਰਿਹਾ ਕਿ ਜਦੋਂ ਤੁਸੀਂ ਦੇਖੋ ਹੁਣ ਆਪਾਂ 410 ਹੈਗਾ ਜਦੋਂ ਮੋਰਨਿੰਗ ਦੇ ਵਿੱਚ ਸਾਰੇ ਲੋਕ ਆਪਾਂ ਸਾਊਥ ਨੂੰ ਆਉਂਦੇ ਹਾਂ ਨੌਰਥ ਦੀ ਰੋਡ ਬਿਲਕੁਲ ਖਾਲੀ ਹੁੰਦੀਆਂ ਬਿਲਕੁਲ ਕਿਉਂ ਹੁੰਦੀਆਂ ਕਿਉਂਕਿ ਨੌਰਥ 'ਚ ਕੋਈ ਇੰਡਸਟਰੀ ਨਹੀਂ ਕੋਈ ਜੋਬ ਨਹੀਂ ਔਰ ਉਸ ਸਾਈਡ 'ਤੇ ਕਿਉਂ ਨਹੀਂ ਲੋਕ ਜਾ ਰਹੇ ਕਿਉਂਕਿ ਕੋਈ ਹਾਈਵੇ ਦੀ ਕਨੈਕਟੀਵਿਟੀ ਨਹੀਂ ਹੈਗੀ ਹੈ ਜੇ ਇਹ ਜੇ ਲੈਟਸ ਹੁਣ ਕੋਈ ਬੰਦਾ ਮਿਲਟਨ ਤੋਂ ਆ ਰਿਹਾ ਹੈਗਾ ਜਾਂ ਲੰਡਨ ਤੋਂ ਆ ਰਿਹਾ ਤਾਂ ਉਹਨੇ 410 ਦੇ ਉੱਤੇ ਮੇਫਿਲਡ 'ਤੇ ਜਾਣਾ ਤਾਂ ਹੀ ਹੈਜ਼ ਟੂ ਗੋ 401 ਦੈਨ 410 'ਤੇ ਆਊਗਾ ਆਪਾਂ ਨੂੰ ਪਤਾ ਕਿੰਨਾ ਰਸ਼ ਰਹਿੰਦਾ ਬਿਲਕੁਲ ਜੇ ਉਸੇ ਦੇ ਲਈ ਇੱਕ ਰਿੰਗ ਰੋਡ ਬਣ ਜਾਏ ਤਾਂ ਉੱਥੇ ਕਿੰਨਾ ਜ਼ਿਆਦਾ ਡਿਵੈਲਪਮੈਂਟ ਹੋ ਜਾਏ ਉਹ ਸਾਰਾ ਹੀ ਬ੍ਰੈਂਪਟਨ ਦਾ ਕੈਲਡਨ ਦਾ ਅਤੇ ਇਸ ਏਰੀਏ ਦਾ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਊਗਾ ਹੁਣ ਅਸੀਂ ਆਪਾਂ ਇੱਕ ਹੋਟ ਟੋਪਿਕ ਅਦਰ ਟੋਪਿਕ ਦੀ ਗੱਲ ਕਰਦੇ ਹਾਂ ਯੂਨੀਵਰਸਿਟੀ ਆਪਾਂ ਹੁਣੇ ਅਨਾਊਂਸ ਹੋਈ ਹੈ ਬ੍ਰੈਂਪਟਨ ਨੂੰ ਤਾਂ ਉਹਦੇ 'ਚ ਜਿਵੇਂ ਯੂਨੀਵਰਸਿਟੀ ਇਹ ਹੈਗੀ ਹੈ ਇਹਦੇ 'ਚ ਹਜੇ ਤੱਕ ਆਪਣੇ ਕੋਲ ਸਿਟੀ ਕੋਲ ਕੋਈ ਲੋਕੇਸ਼ਨ ਨਹੀਂ ਹੈ ਪਹਿਲਾਂ ਅਸੀਂ ਵੀ ਯੂਨੀਵਰਸਿਟੀ 'ਤੇ ਥੋੜ੍ਹਾ ਕੰਮ ਕਰਦੇ ਰਹੇ ਪੁੱਛਦੇ ਰਹੇ ਉਹਨਾਂ ਨੂੰ ਪਰਸਨਲ ਲੈਵਲ ਦੇ ਉੱਤੇ ਤਾਂ ਉਹਨਾਂ ਦਾ ਮੇਨ ਕੰਸਰਨ ਹੁੰਦਾ ਸੀ ਕਿ ਵੀ ਨੀਡ ਅ ਲੈਂਡ ਵਿਚ ਇਜ਼ ਐਕਸੈਸੇਬਲ ਟੂ ਦਾ ਹਾਈਵੇ ਕਿਉਂਕਿ ਇੰਨਾ ਜ਼ਿਆਦਾ ਸਟੂਡੈਂਟ ਹੋਣੇ ਉਹਨਾਂ ਨੂੰ ਹਾਈਵੇ ਦੇ ਬਿਲਕੁਲ ਕਨੈਕਟੀਵਿਟੀ ਹੋਵੇ ਹੁਣ ਜੇ ਇਹ ਹਾਈਵੇ ਬਣਦਾ ਹੈਗਾ ਆਪਾਂ ਨੂੰ ਜਿਸ ਤਰੀਕੇ ਨਾਲ ਆਪਣਾ ਸਿਟੀ ਗਰੋ ਕਰ ਰਹੇ ਹੈਗੇ ਹੈ ਸਾਰੇ ਵੈਸਟ ਜੀ ਟੀ ਏ ਦੇ ਉਹਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਯੂਨੀਵਰਸਿਟੀਆਂ ਚਾਹੀਦੀਆਂ ਸੋ ਜੇ ਆਪਣਾ ਹਾਈਵੇ ਕਨੈਕਟੀਵਿਟੀ ਹੋ ਜਾਂਦੀ ਜਿਵੇਂ ਦੇਖੋ ਕਿ ਵਾਟਰ ਲੂਚ ਹੈਗਾ ਕਿਚਨਰ ਹੈਗਾ ਉੱਥੇ ਯੂਨੀਵਰਸਿਟੀਆਂ ਤਿੰਨ ਯੂਨੀਵਰਸਿਟੀਆਂ ਉਹਦਾ ਰੀਜ਼ਨ ਇਹ ਹੈ ਕਿ ਉੱਥੇ ਕਨੈਕਟੀਵਿਟੀ ਹੈਗੀ ਹੈ ਅਤੇ ਲੈਂਡ ਅਵੇਲੇਬਲ ਹੈਗੀ ਉਹਨਾਂ ਨੂੰ ਤਾਂ ਉਹ ਜਿਹੜਾ ਇਹ ਹਾਈਵੇ ਦੇ ਨਾਲ ਉਹ ਸਾਰਾ ਉਹ ਵੀ ਡਿਵੈਲਪਮੈਂਟ ਹੋਊਗਾ ਪਲੱਸ ਜਿਹੜੇ ਇਹਦੇ ਨਾਲ ਬਿਜ਼ਨਸ ਬਹੁਤ ਜ਼ਿਆਦਾ ਡਿਵੈਲਪ ਹੋਊਗਾ ਬਿਜ਼ਨਸ ਜੋਬ ਬਹੁਤ ਕ੍ਰੀਏਟ ਹੋਣੀਆਂ ਜਿਹੜੀਆਂ ਜੋਬ ਫੈਕਟਰੀ ਵਰਕਰ ਤੋਂ ਲੈ ਕੇ ਕੰਸਟਰਕਸ਼ਨ ਵਰਕ ਜਾਂ ਫਿਰ ਹਾਈ ਪੇਡ ਜੋਬਾਂ ਕ੍ਰੀਏਟ ਹੋਣੀਆਂ ਬਿਲਕੁਲ ਜੀ ਸਾਡੇ ਕੋਲ ਕਾਲ ਦੁਬਾਰਾ ਆ ਗਈ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤਾਂ ਪਹਿਲੀ ਗੱਲ ਤਾਂ ਤੁਹਾਨੂੰ ਜੀ ਮਿਹਰਬਾਨੀ ਦੁੱਧ ਵੀ ਰਲ ਗਿਆ ਬੰਦਾ ਦੁਨੀਆਂ 'ਚ ਕੋਈ ਨਹੀਂ ਸਕਦਾ ਘਰ ਘਰ ਚੱਪਣੀ ਚਾਹੀਦੀ ਹੈ ਥੈਂਕ ਯੂ ਸਰ ਜਿੰਨਾ ਮਰਜ਼ੀ ਝੂਠਾ ਬੋਲਣ ਨੂੰ ਜਿੰਨਾ ਮਰਜ਼ੀ ਬੋਲੀ ਜਾਓ ਦੋ ਚਾਰ ਪੈਸਿਆਂ ਖਾਤਰ ਬੋਲਦਾ ਹੈ ਜੋ ਦੁਨੀਆਂ ਨੇ ਸੱਚ ਕਹੀ ਹੈ ਗੱਲ ਸੱਚ ਤੋਂ ਸੱਚ ਹੀ ਹੋਊਗਾ ਜੋ ਨਾਨਕ ਬਾਬੇ ਨੇ ਕਿਹਾ ਜੀ ਆਪਾਂ ਨੂੰ ਜੋਰਜ ਤੋਂ ਆਪਣੀ ਉੱਪਰ ਨੋਸਟ ਚ ਹੈਗਾ ਫੋਰ ਟੈਨ ਦੇ ਉੱਤੇ ਜਾ ਕੇ ਅਗਲਾ ਦੌਰ ਹੈਗਾ ਹਾਂਜੀ ਆਪਾਂ ਨੂੰ ਇਹਨਾਂ ਨੂੰ ਨਾਲ ਜੋੜਨਾ ਚਾਹੀਦਾ ਬ੍ਰਹਮਟਨ ਤੇ ਜੇ ਯੂਨੀਵਰਸਿਟੀ ਲਿਆਉਣੀ ਹੈ ਠੀਕ ਹੈ ਜੀ ਇਹਨਾਂ ਨੂੰ ਵੀ ਜੋਰਜ ਟਾਊਨ ਤੇ ਦੂਸਰੇ ਛੋਟੇ ਟਾਊਨਾਂ ਨੂੰ ਵੀ ਬੈਨੀਫਿਟ ਹੋਣਾ ਚਾਹੀਦਾ ਇੱਧਰਲੇ ਨੋਰਥ ਸਾਈਡ ਜੀ ਵੈਸਟਰਨ ਨੋਰਥ ਦੇ ਵਿੱਚ ਕਿਉਂਕਿ ਛੋਟੇ ਟਾਊਨਾਂ ਨੂੰ ਵੀ ਹੈਲਪ ਹੋਣੀ ਚਾਹੀਦੀ ਆ ਕਿਉਂਕਿ ਉੱਥੇ ਵਿਚਾਰੇ ਬਹੁਤ ਨਿਆਣੇ ਪੜ੍ਹ ਲਿਖ ਕੇ ਆਉਣਾ ਚਾਹੁੰਦੇ ਆ ਤੇ ਜਿਹੜਾ ਜਦਵੀਰ ਜੀ ਆ ਸਾਰਿਆਂ ਤੋਂ ਬੈਸਟ ਆ ਜੀ ਕਿਸੇ ਲਈ ਉਹਨੇ ਕੋਸ਼ਿਸ਼ ਕੱਟੀ ਅੱਜ ਤੱਕ ਜਿੰਨਾ ਮਰਜ਼ੀ ਬੋਲੀ ਜਾਓ ਬੋਲੀ ਜਾਓ ਐਂਡ ਤੇ ਬੰਦੇ ਨੂੰ ਹੋ ਸਕਦਾ ਥੋੜੀ ਦੇਰ ਤੱਕ ਉਹ ਖੁਦ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣ ਸੋ ਮੈਂ ਇਹਨਾਂ ਦਾ ਕੁਐਸਚਨ ਹੀ ਐਕਚੁਅਲੀ ਜਾਰਜ ਟਾਊਨ ਦਾ ਹੀ ਕੁਐਸਚਨ ਸੋਰੀ ਮੈਂ ਤੁਹਾਨੂੰ ਵਿੱਚੋਂ ਕੱਟ ਰਿਹਾ ਕਿਹੜਾ ਇਹ ਹਾਈਵੇ ਹੈਗਾ ਜਿਹੜਾ ਇਹਦਾ ਰੂਟ ਹੈ ਇਹ ਜੋਰਜ ਟਾਊਨ ਨੂੰ ਵੈਰੀ ਬਹੁਤ ਜ਼ਿਆਦਾ ਕਨੈਕਟੀਵਿਟੀ ਦੇ ਰਿਹਾ ਇਹ ਹਾਈਵੇ ਜਿੱਥੋਂ ਪਾਸ ਹੋਣਾ ਹੈਗਾ ਇਹਦਾ ਜਿਹੜਾ ਰੂਟ ਬਲੋਕ ਕੀਤਾ ਹੋਇਆ ਇਹ ਬਿਟਵੀਨ ਮਿਸਿਸਾਗਾ ਰੋਡ ਤੋਂ ਲੈ ਕੇ ਹੈਰੀਟੇਜ ਰੋਡ ਦੇ ਥੋੜ੍ਹਾ ਜਿਹਾ ਵੈਸਟ ਦੇ ਵਿੱਚ ਉੱਥੋਂ ਦੀ ਕਿਤੇ ਵੀ ਨਿਕਲਣਾ ਜਿਵੇਂ ਕਿ ਆਪਣਾ ਨਵਾਂ ਸਾਨੂੰ ਪਤਾ ਹੋਊਗਾ ਕਿ ਬਹੁਤ ਵੱਡਾ ਕੈਨੇਡਾ ਦਾ ਬਿਗੈਸਟ ਮਾਲ ਬਣ ਰਿਹਾ ਹੈਗਾ ਬ੍ਰੈਂਪਟਨ ਦੇ ਵਿੱਚ ਉਸ ਮਾਲ ਦਾ ਵੀ ਇਹ ਰੀਜ਼ਨ ਸੀਗਾ ਮੇਨਲੀ ਬਣਦਾ ਕਿ ਇਹ ਹਾਈਵੇ ਨੂੰ ਕਨੈਕਟੀਵਿਟੀ ਮਿਲੂਗੀ ਸੋ ਇਹ ਜਿਹੜਾ ਹਾਈਵੇ ਹੈ ਇਹ ਜੋਰਜ ਟਾਊਨ ਨੂੰ ਇੰਨਾ ਜ਼ਿਆਦਾ ਕਨੈਕਟ ਕਰ ਦੂਗਾ ਕਿ ਜਦੋਂ ਉਹ ਜਸਟ ਲਾਈਕ ਵਿਦ ਇਨ 1 ਕਿਲੋਮੀਟਰ ਤੋਂ ਲੈ ਕੇ ਉਹਨਾਂ ਨੂੰ ਹੁਣ ਇਸ ਟਾਈਮ ਉਹਨਾਂ ਨੂੰ ਬਹੁਤ ਦੂਰ ਤੱਕ ਕੋਈ ਹਾਈਵੇ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਜੀ
ਤਾਂ ਉਹ ਇਹ ਹਾਈਵੇ ਵਿਦ ਇਨ ਉਹਨਾਂ ਦੇ ਵਨ ਵਨ ਐਂਡ ਹਾਫ ਕਿਲੋਮੀਟਰ ਦੇ ਅੰਦਰ ਤੇ ਇਹ ਹਾਈਵੇ ਕਨੈਕਟ ਹੋ ਜਾਊਗਾ ਦੈਨ ਦੇ ਕੈਨ ਗੋ ਲੈਟਸ ਸੇ ਉਹਨਾਂ ਨੇ ਵਾਹਨ ਜਾਣਾ ਹੈਗਾ ਵੰਡਰਲੈਂਡ ਜਾਣਾ ਤਾਂ ਦੇ ਕੈਨ ਬੀ ਦੇਅਰ ਵਿਦ ਇਨ 10 to 15 ਮਿੰਟ ਲੈਸ ਦੈਨ 10 to 15 ਮਿੰਟ ਦੇ ਵਿੱਚ ਵਾਹਨ ਜਾ ਸਕਦੇ ਹੈਗੇ ਜੀ ਜੀ ਬਿਲਕੁਲ ਆਈ ਥਿੰਕ ਇੱਥੇ ਜੇ ਨਾਲ ਨਾਲ ਗੱਲ ਕਰੀਏ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਸਾਡੇ ਟਰੱਕਰਸ ਹੈਗੇ ਜਿੰਨੇ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਸਹੂਲਤ ਹੋਏਗੀ ਕਿਉਂਕਿ ਅਗਰ ਸਾਰਾ ਟ੍ਰੈਫਿਕ ਜਿਹੜਾ ਆ ਉਹ ਜਿਹੜਾ ਹੁਣ 401 ਤੇ ਅਸੀਂ ਸਾਰੇ ਜਾਣਦੇ ਹਾਂ ਕਿਸ ਤਰੀਕੇ ਦੇ ਨਾਲ ਪੂਰਾ ਦਿਨ ਤਕਰੀਬਨ ਕਾਫੀ ਬਿਜ਼ੀ ਰਹਿੰਦਾ ਸੋ ਉਸ ਟ੍ਰੈਫਿਕ ਦੇ ਵਿੱਚੋਂ ਨਿਕਲ ਕੇ ਉਹ ਜਿਹੜਾ ਕਾਫੀ ਜਲਦੀ ਆਪਣਾ ਸਫ਼ਰ ਜਿਹੜਾ ਉਹ ਤੈਅ ਕਰ ਸਕਦੇ ਕਈਆਂ ਨੇ ਤਾਂ ਜਾਣਾ ਹੀ ਨਹੀਂ ਹੁੰਦਾ ਸਿਟੀ ਦੇ ਵਿੱਚ ਉਹਨਾਂ ਦਾ ਕੋਈ ਕੰਮ ਹੀ ਨਹੀਂ ਹੈਗਾ ਐਂਡ ਸਟਿਲ ਦੇ ਹੈਵ ਟੂ ਗੋ ਥਰੂ 401 ਸਿਟੀ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਹਾਂਜੀ ਹਾਂਜੀ ਜਿਵੇਂ ਤੁਸੀਂ ਇਹੀ ਗੱਲ ਕਹਿ ਕੇ ਇਹਦੇ ਨਾਲ ਆਪਾਂ ਜਿਵੇਂ ਕਹਿ ਰਹੇ ਹਾਂ ਕਿ ਬਾਈਪਾਸ ਕ੍ਰੀਏਟ ਹੋ ਜਾਊਗਾ ਲੈਟਸ ਕੋਈ ਬੰਦਾ ਲੰਡਨ ਤੋਂ ਆ ਰਿਹਾ ਹੈਗਾ ਅਤੇ ਉਹਨੇ ਬੈਰੀ ਜਾਣਾ ਸੋ ਉਹਨੂੰ ਆਲ ਦਾ ਵੇ ਥਰੂ 401 ਦੈਨ 400 ਲੈਣਾ ਪੈਂਦਾ ਉਹਦੇ ਕੋਲ ਕੋਈ ਹੋਰ ਅਲਟਰਨੇਟ ਹੀ ਨਹੀਂ ਹੈ ਕਿ ਹੋਰ ਕਿਤੋਂ ਜਾ ਸਕੇ ਜਾਂ ਮੰਨ ਲਓ ਉਹਨੇ ਲੈਟਸ ਬੁਵੇਡ 'ਤੇ ਜਾਣਾ ਬੁਵੇਡ ਐਂਡ 410 ਤੇ ਜਾਣਾ ਤਾਂ ਉਹਨੂੰ ਆਲ ਦਾ ਵੇ ਹੀ ਹੈਜ਼ ਟੂ ਗੋ ਥਰੂ ਦਾ 401 ਦੈਨ 410 ਤੇ ਜਾਣਾ ਪੈਣਾ ਜੀ ਜੀ ਸੋ ਇਹਦੇ ਨਾਲ ਕੀ ਹੈ ਕਿ ਇਸ ਜਦੋਂ ਹਾਈਵੇ ਦੀ ਜਦੋਂ ਟਰਾਂਸਪੋਰਟੇਸ਼ਨ ਦੀ ਇਸ਼ੂ ਆਉਂਦੀ ਹੈ ਜ਼ਿਆਦਾ ਤਾਂ ਲੋਕ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਇਸ ਦੇਖਦਾ ਕਿ ਮੈਨੂੰ ਲੈਟਸ ਕੋਈ ਡਿਲੀਵਰੀ ਦਾ ਕੋਈ ਚੀਜ਼ ਦੀ ਉਹਨੂੰ 15-20% ਮਹਿੰਗੀ ਹੋ ਜਾਂਦੀ ਹੈ ਤਾਂ ਉਹ ਇਹ ਸੋਚਦਾ ਕਿ ਆਪਾਂ ਕਿਸ ਕਿਹੋ ਜਿਹੀ ਜਗ੍ਹਾ 'ਤੇ ਆਪਾਂ ਇੰਡਸਟਰੀ ਲਾਈਏ ਤਾਂ ਕਿ ਆਪਣੀ ਜਿਹੜੀ ਟਰਾਂਸਪੋਰਟੇਸ਼ਨ ਕੋਸਟ ਘੱਟ ਤੋਂ ਘੱਟ ਹੋਵੇ ਮੈਨੂੰ ਈਜ਼ੀਲੀ ਐਕਸੈਸੇਬਲ ਹੋਵੇ ਮੇਰੇ ਇੰਪਲੋਈ ਨੂੰ ਈਜ਼ੀਲੀ ਐਕਸੈਸੇਬਲ ਹੋਵੇ ਸੋ ਜਿਹੜਾ ਹਾਈਵੇ ਹੈਗਾ ਇਹ ਤੁਸੀਂ ਇਹਦਾ ਐਗਜ਼ਾਮਪਲ ਮੈਂ ਦੇਣਾ ਚਾਹੁੰਦਾ ਜੀ ਜਿਵੇਂ ਤੁਸੀਂ ਮਾਰਖਮ ਲੈ ਲਓ ਅੱਜ ਤੋਂ 15 ਸਾਲ ਪਹਿਲਾਂ ਮਾਰਖਮ ਦਾ ਜੇ ਤੁਸੀਂ ਦੇਖੋਗੇ ਕਿ ਉਹਦਾ ਮਾਰਖਮ ਦੀ ਪਿਕਚਰ ਤੁਸੀਂ ਮੇਰੇ ਕੋਲ ਹੁਣ ਇਸ ਟਾਈਮ ਹੈ ਨਹੀਂ ਹੈਗੀ 15 ਸਾਲ ਪਹਿਲਾਂ ਦੇਖੋਗੇ ਉਸ ਤੋਂ ਬਾਅਦ ਜਦੋਂ 407 ਨੇ ਇੱਕ ਰਿੰਗ ਰੋਡ ਕਨਵਰਟ ਕਰਤੀ ਉਹਨਾਂ ਦੇ ਲਈ ਈਵਨ ਦੋ ਟੋਲ ਰੋਡ ਹੈਗਾ ਪਰ ਉਹਨਾਂ ਨੇ ਕੀ ਕੀਤਾ ਕਿ 400 to 404 ਇਹਨਾਂ ਨੂੰ 404 to 401 ਨੂੰ ਕਨਵਰਟ ਕਰਤਾ ਜੀ ਉਹਦੇ ਨਾਲ ਜਿਹੜਾ ਮਾਰਖਮ ਦਾ ਇੰਨਾ ਜ਼ਿਆਦਾ ਡਿਵੈਲਪਮੈਂਟ ਹੋ ਗਿਆ ਕਿ ਤੁਸੀਂ ਹੁਣ ਉੱਥੇ ਜਿੰਨੀਆਂ ਵੀ ਆਈ ਟੀ ਸੈਕਟਰ ਦੀ ਇੰਡਸਟਰੀਜ਼ ਹੈਗੀਆਂ ਸਾਰੀਆਂ ਮਾਰਖਮ 'ਚ ਹੈ ਆਪਣੇ ਇੱਥੋਂ ਬਹੁਤ ਸਾਰੇ ਆਪਣੇ ਦੋਸਤ ਭੈਣ ਭਰਾ ਹੋਣੇ ਜਿਹੜੇ ਬ੍ਰੈਂਪਟਨ ਤੋਂ ਜੋਰਜ ਟਾਊਨ ਤੋਂ ਮਾਰਖਮ ਜਾਂਦੇ ਆ ਜੋਬ ਕਰਨ ਬਿਲਕੁਲ ਹਾਂ ਬਹੁਤ ਸਾਰੀਆਂ ਬੈਂਕ ਦੇ ਹੈੱਡ ਆਫਿਸਿਸ ਉੱਥੇ ਹੈ ਬਹੁਤ ਸਾਰੀਆਂ ਵੱਡੀਆਂ ਇੰਡਸਟਰੀਜ਼ ਦੇ ਬੈਲ ਦੇ ਟੋਰਾਂਟੋ ਸਟਾਰ ਦੇ ਉਹਨਾਂ ਦੇ ਆਫਿਸਿਸ ਉੱਥੇ ਹੈ ਉਹਦਾ ਰੀਜ਼ਨ ਕੀ ਹੈ ਕਿ ਉਹ ਕਨੈਕਟੀਵਿਟੀ ਜ਼ਿਆਦਾ ਹੋ ਗਈ ਹੈ ਬਿਲਕੁਲ ਹਾਂ ਤਾਂ ਇਹ ਜੇ ਆਪਣਾ ਇਹ ਜੀ ਟੀ ਏ ਵੈਸਟ ਹਾਈਵੇ ਬਣਦਾ ਇਹ ਮਾਰਖਮ ਨਾਲੋਂ ਵੀ ਬੈਟਰ ਹੋਊਗਾ ਕਿਉਂਕਿ ਇਹਦੇ ਨਾਲ ਜਿਹੜੀ ਕਨੈਕਟੀਵਿਟੀ ਹੋਊਗੀ ਕਿਉਂਕਿ ਇਹ ਇੰਟਰਨੈਸ਼ਨਲ ਏਅਰਪੋਰਟ ਦੇ ਕੋਲੇ ਆ ਜੀ 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 ਇਹ 427 ਦੇ ਥਰੂ ਕਨੈਕਟ ਹੋ ਜਾਊਗਾ 410 ਦੇ ਥਰੂ ਕਨੈਕਟ ਹੋ ਜਾਊਗਾ ਐਂਡ ਦੈਨ ਤਾਂ ਇਸਦੇ ਨਾਲ ਜਿਹੜਾ ਹੈਗਾ ਐਕਸੈਸਿਬਿਲਿਟੀ ਬਹੁਤ ਵੱਧ ਜਾਣੀ ਹੈ ਤਾਂ ਇਹ ਜਿਹੜਾ ਹਾਈਵੇ ਇਹਦੇ ਨਾਲ ਬਹੁਤ ਜ਼ਿਆਦਾ ਇਸ ਏਰੀਏ ਦਾ ਡਿਵੈਲਪਮੈਂਟ ਹੋਣਾ ਠੀਕ ਹੈ ਜੀ ਹਾਂਜੀ ਇੱਕ ਵਾਰੀ ਮੈਂ ਜ਼ਰੂਰ ਚਾਹੂੰਗਾ ਕਿ ਜਿਹੜੀ ਪਟੀਸ਼ਨ ਦੀ ਵੈਬਸਾਈਟ ਹੈਗੀ ਆ ਉਹ ਇੱਕ ਵਾਰੀ ਦੁਬਾਰਾ ਦੱਸ ਦਿਓ ਔਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਅਪੀਲ ਕਰੂੰਗਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਖੇਤਰ ਹੈਗਾ ਕਿਉਂਕਿ ਇਹਦੇ ਨਾਲ ਜਿਸ ਤਰ੍ਹਾਂ ਆਲਰੇਡੀ ਅਸੀਂ ਗੱਲਬਾਤ ਕਰਦੇ ਪਏ ਹਾਂ ਜਦੋਂ ਟਰਾਂਸਪੋਰਟੇਸ਼ਨ ਈਜ਼ੀ ਹੋ ਜਾਏਗੀ ਅਤੇ ਜੋਬਸ ਵੀ ਜ਼ਿਆਦਾ ਕ੍ਰੀਏਟ ਹੋਣਗੀਆਂ ਜਿਹੜੀਆਂ ਫੈਕਟਰੀਆਂ ਹੁਣ ਅੱਜ ਦੀ ਡੇਟ ਦੇ ਵਿੱਚ ਬਾਕੀ ਖੇਤਰਾਂ ਦੇ ਵਿੱਚ ਹੈਗੀਆਂ ਉਹ ਫੈਕਟਰੀਜ਼ ਆਪਣੇ ਇਸ ਖੇਤਰ ਦੇ ਵਿੱਚ ਵੀ ਡਿਵੈਲਪ ਹੋ ਸਕਦੀਆਂ ਖਾਸ ਤੌਰ ਦੇ ਉੱਤੇ ਜੇ ਗੱਲ ਕਰੀਏ ਕੈਲਡਨ ਇੱਧਰ ਮਿਲਟਨ ਔਰ ਨਾਲ ਦੀ ਨਾਲ ਬ੍ਰੈਂਪਟਨ ਦੀ ਖਾਸ ਕਰਕੇ ਨਾਲ ਵੋਨ ਸੋ ਇਹ ਕਨੈਕਟੀਵਿਟੀ ਜਿਹੜੀ ਹੈਗੀ ਆ ਇਹਦੇ ਨਾਲ ਬਹੁਤ ਸਾਰੇ ਫਾਇਦੇ ਜਿਹੜੇ ਆ ਉਹ ਹੋਣਗੇ ਕਿਉਂਕਿ ਕਾਫੀ ਦੇਰ ਤੋਂ ਇਹ ਹੁੰਦੀ ਨਹੀਂ ਕਾਫੀ ਦੇਰ ਤੋਂ ਇਹ ਮੰਗ ਜਿਹੜੀ ਹੈਗੀ ਆ ਕੀਤੀ ਜਾ ਰਹੀ ਆ ਔਰ ਈਵਨ ਹਰ ਕੋਈ ਮਹਿਸੂਸ ਵੀ ਕਰਦਾ ਹੈ ਕਿ ਇਹ ਜਿਹੜੀ ਮੰਗ ਹੈਗੀ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਪਰ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਗਵਰਨਮੈਂਟ ਵੱਲੋਂ ਜਿਸ ਤਰ੍ਹਾਂ ਇਹਦੇ ਉੱਤੇ ਰੋਕ ਲਗਾਈ ਗਈ ਹੈ ਔਰ ਇਹਨੂੰ ਦੁਬਾਰਾ ਇਨੀਸ਼ੀਏਟਿਵ ਲੈਣ ਦੇ ਲਈ ਸਾਨੂੰ ਇਹ ਪਟੀਸ਼ਨ ਜ਼ਰੂਰ ਸਾਈਨ ਕਰਨੀ ਚਾਹੀਦੀ ਆ ਸੋ ਪਟੀਸ਼ਨ ਦੇ ਬਾਰੇ ਇਨਫੋਰਮੇਸ਼ਨ ਜ਼ਰੂਰ ਦੇ ਦਿਓ ਜੀ ਹਾਂਜੀ ਜਦੋਂ ਇਹ ਐਕਚੁਅਲੀ ਪਟੀਸ਼ਨ ਆਪਾਂ ਪਬਲਿਕ ਪਟੀਸ਼ਨ ਫਾਈਲ ਕਰ ਰਹੇ ਹਾਂ ਇਹਦੇ 'ਚ ਕਿਸੇ ਦਾ ਵੀ ਨਾ ਹੀ ਇਸ ਚੈਨਲ ਦਾ ਨਾ ਹੀ ਮੇਰਾ ਪਰਸਨਲ ਕੋਈ ਬੈਨੀਫਿਟ ਨਹੀਂ ਹੈ ਇਹ ਪਟੀਸ਼ਨ ਆਪਾਂ ਜਸਟ ਕਮਿਊਨਿਟੀ ਕਾਜ਼ ਦੇ ਲਈ ਕਰ ਰਹੇ ਹਾਂ ਤਾਂ ਕਿ ਹਾਈਵੇ ਆਪਣਾ ਦੁਬਾਰਾ ਜਿਹੜਾ ਕੰਮ ਚੱਲ ਰਿਹਾ ਸੀ ਉਹਨੂੰ ਸਟਾਪ ਨਾ ਕੀਤਾ ਜਾਵੇ ਕੰਟੀਨਿਊ ਚੱਲਦਾ ਰਹੇ ਉਹਦੇ ਲਈ ਆਪਾਂ ਵੈਬਸਾਈਟ ਕ੍ਰੀਏਟ ਕੀਤੀ ਹੈ ਜਿਹਦੇ 'ਤੇ ਪਟੀਸ਼ਨ ਫਾਈਲ ਕਰਨ ਦੇ ਲਈ ਮੈਂ ਉਹਦੇ ਇਹਨੂੰ ਵੈਬਸਾਈਟ ਦਾ ਹੈਗਾ www.iwanthwy413.ca ਜਾਂ www.iwanthwy413.ca ਉਹਦੇ 'ਤੇ ਜਾ ਕੇ ਤੁਸੀਂ ਆਪਣਾ ਨਾਮ ਐਡਰੈਸ ਈਮੇਲ ਅਤੇ ਫੋਨ ਨੰਬਰ ਤੁਸੀਂ ਕਰਕੇ ਸਬਮਿਟ ਕਰ ਸਕਦੇ ਹੋ ਅਤੇ ਆਪਣੇ ਦੋਸਤਾਂ ਨੂੰ ਸਾਰੇ ਫਰੈਂਡ ਨੂੰ ਫੈਮਿਲੀ ਮੈਂਬਰ ਤੋਂ ਪ੍ਰਮੋਟ ਕਰ ਸਕਦੇ ਹਾਂ ਥਰੂ ਦਾ ਫੇਸਬੁੱਕ ਤਾਂ ਕਿ ਮੈਕਸਿਮ ਟੂ ਮੈਕਸਿਮ ਪੀਪਲ ਲੋਕਾਂ ਨੂੰ ਸਾਈਨ ਕਰਨ ਤਾਂ ਕਿ ਜਿਹੜਾ ਇਹਦੇ 'ਚ ਆਪਾਂ ਮੈਕਸਿਮ ਤੋਂ ਮੈਕਸਿਮ ਨੰਬਰ ਪਟੀਸ਼ਨ ਆਪਣੀਆਂ ਉਹਦੇ ਵਿੱਚ ਕੰਟੀਨਿਊ ਚੱਲਣ
ਠੀਕ ਹੈ ਜੀ। ਸੋ ਮੈਂ ਇੱਕ ਵਾਰੀ ਦੁਬਾਰਾ ਸਾਰੇ ਦਰਸ਼ਕਾਂ ਨੂੰ ਜਿਹੜਾ ਜ਼ਰੂਰ ਕਹਿਣਾ ਚਾਹੂੰਗਾ, ਤੁਹਾਡੀ ਵੀ ਅਗਰ ਕੋਈ ਇਹਦੇ ਉੱਤੇ ਕੋਈ ਕੁਸ਼ਚਨਸ ਹੈਗਾ, ਕੋਈ ਡਾਊਟ ਹੈਗਾ, ਤੁਸੀਂ ਸਾਨੂੰ ਵੀ ਫੋਨ ਕਰ ਸਕਦੇ ਹੋ। ਔਰ ਜਿਹੜਾ ਹਾਈਵੇ 413 ਹੈਗਾ ਆ, ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਮੈਪ ਵੀ ਦੇਖ ਰਹੇ ਹੋ, ਸੋ ਇਹ ਮੈਪ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੱਥੇ ਕਿਹੜਾ ਕਿਹੜਾ ਇਹਦਾ ਰੂਟ ਜਿਹੜਾ ਆ ਉਹ SMA ਪ੍ਰਪੋਜ਼ਡ ਹੈਗਾ ਆ। ਸੋ ਇਹਦੇ ਵਿੱਚ ਤੁਸੀਂ ਅੱਗੇ ਚੱਲ ਕੇ ਜਿਹੜੀਆਂ ਡਿਟੇਲਸ ਹੈਗੀਆਂ ਆ ਉਹ ਵੈਬਸਾਈਟ 'ਤੇ ਵੀ ਡਿਟੇਲਸ ਹੈ ਸਾਰੀਆਂ ਅਵੇਲੇਬਲ? ਹਾਂਜੀ, ਇਹਦੀ ਡਿਟੇਲ ਜੇ ਤੁਸੀਂ ਇਹਦੀ MTU ਦੀ ਵੈਬਸਾਈਟ ਹੈਗੀ GTA ਵੈਸਟ ਕੋਰੀਡੋਰ, ਜੇ ਤੁਸੀਂ ਗੂਗਲ 'ਚ ਵੀ ਪਾਓਗੇ GTA ਵੈਸਟ ਕੋਰੀਡੋਰ ਤਾਂ ਸਾਨੂੰ ਉਹਦੇ 'ਚ GTA-WestCorridor.com ਕਰਕੇ ਵੈਬਸਾਈਟ ਹੈ, ਉਹਦੇ 'ਚ ਟਨਸ ਆਫ ਡਿਟੇਲ ਹੈਗੀ ਹੈ ਸਿੰਸ 2002 ਤੋਂ ਲੈ ਕੇ ਹੁਣ ਤੱਕ 2015 ਤੱਕ, ਜਿਹੜਾ ਹੁਣ ਪੈਨਲ ਵੀ ਅਪੁਆਇੰਟ ਕੀਤਾ ਉਹਦੀ ਇਨਫੋਰਮੇਸ਼ਨ ਵੀ ਹੈਗੀ ਹੈ, ਤਾਂ ਕਿ ਉਹ ਪੈਨਲ 'ਚ ਆ ਰਿਹਾ ਹੈ ਵੀ ਉਹਦੇ 'ਚ ਕੌਣ ਕੌਣ ਇਨਵਾਇਰਮੈਂਟਲਿਸਟ ਹੈਗੇ, ਕਿਉਂ ਰੋਕ ਰਹੇ ਹੈ। ਜੇ ਤੁਸੀਂ ਇਹਦੀ ਵੈਬ ਸਿਟੀ ਦੇ ਵੀ ਆਪਣੀ ਵੈਬਸਾਈਟ 'ਤੇ ਜਾਓਗੇ, ਆਪਣੇ ਬ੍ਰੈਂਪਟਨ ਦੀ, ਕੈਲਡਨ ਦੀ, ਮਿਸਿਸਾਗਾ ਦੀ, ਰੀਜਨ ਆਫ ਪੀਲ ਦੀ ਵੈਬਸਾਈਟ 'ਤੇ, ਉੱਥੇ ਬਹੁਤ ਸਾਰੇ ਰੈਜੋਲੇਸ਼ਨ ਪਾਸ ਕੀਤੇ ਕਾਊਂਸਲ ਨੇ ਜਿਹੜੇ ਉਹ ਚਾਹੁੰਦੇ ਆ ਕਿ ਇਹ ਹਾਈਵੇ ਦੁਆਰਾ ਸਟਾਰਟ ਕੀਤਾ ਜਾਵੇ। ਈਵਨ ਜਿਹੜੇ ਤੁਸੀਂ ਵਾਨ ਦੀ ਵੈਬਸਾਈਟ 'ਤੇ ਜਾਂ ਮਿਲਟਨ ਦੀ, ਉਹ ਸਾਰੀਆਂ ਸਿਟੀਆਂ 'ਚ ਚਾਹੁੰਦੀਆਂ ਕਿ ਹਾਈਵੇ ਬਣੇ, ਤਾਂ ਕਿ ਉਹਨਾਂ ਦਾ ਡਿਵੈਲਪਮੈਂਟ ਇਸ ਬੇਸ 'ਤੇ ਹੈ। ਇਸ ਤੋਂ ਇਲਾਵਾ ਵੀ, ਸੋਰੀ ਮੈਂ ਤੁਹਾਨੂੰ ਇੱਥੇ ਕੱਟ ਰਿਹਾ, ਇਸ ਤੋਂ ਇਲਾਵਾ ਵੀ ਅਸੀਂ ਇਹ ਪਟੀਸ਼ਨ ਸਾਈਨ ਕਰਨ ਤੋਂ ਨਾਲ ਹੋਰ ਵੀ ਕੀ ਕੁਛ ਕਰ ਸਕਦੇ ਹਾਂ? ਇਹਦੇ ਜੀ ਵੈਸੇ ਆਪਾਂ ਜਿਹੜੀਆਂ ਜਿਹੜੇ ਸਾਰੇ ਹੀ ਸਿਟੀਜ਼ ਹੈਗੇ ਆ ਉਹ ਲੋਕਲ ਲੈਵਲ 'ਤੇ ਆਪਣੇ ਕੰਮ ਕਰ ਰਹੇ ਆ, ਪਰ ਉਹ ਇਹ ਚਾਹੁੰਦੇ ਆ ਕਿ ਪਬਲਿਕ ਨੂੰ, ਪਬਲਿਕ ਦੀ ਸਪੋਰਟ ਕਿੰਨੀ ਆ। ਇਸ ਟਾਈਮ ਜਿਹੜੇ ਉਹ ਇਨਪੁੱਟ ਲੈ ਰਹੇ ਹੈਗੇ ਆ ਇੱਥੇ ਜਿਹੜੀ GTA-West.com ਦੇ ਉੱਤੇ ਵੈਬਸਾਈਟ 'ਤੇ ਜਾ ਕੇ ਮਿਨਿਸਟਰੀ ਨੇ ਇਹ ਇਨਪੁੱਟ ਲਏ ਆ ਕਿ ਵੀ ਕੀ ਤੁਸੀਂ ਚਾਹੁੰਦੇ ਹੋ ਜਾਂ ਹਾਈਵੇ ਜਾਂ ਨਹੀਂ ਚਾਹੁੰਦੇ, ਉਸ ਦਾ ਜਿਹੜਾ ਹੈਗਾ ਪੈਨਲ ਦੇ ਵਿੱਚ ਆਪਾਂ ਜਾ ਕੇ ਸਾਰੇ ਜਾਣੇ ਜਿਹੜਾ ਉਹਦਾ ਈਮੇਲ ਹੈਗਾ GTAWestReview@Ontario.ca 'ਤੇ ਜਾ ਕੇ ਆਪਾਂ ਇਹ ਕਹਿ ਸਕਦੇ ਹਾਂ, ਆਪਾਂ ਦੱਸ ਸਕਦੇ ਹਾਂ ਵੀ ਸਾਨੂੰ ਇਹ ਹਾਈਵੇ ਚਾਹੀਦਾ। ਉਹ ਇਨਫੋਰਮੇਸ਼ਨ November 11 ਤੱਕ ਹੀ ਚਾਹੀਦੀ ਹੈ, ਤਾਂ ਕਿ ਉਹ ਜੇ ਆਪਣੇ ਕੋਲ ਮੈਕਸੀਮਮ ਇਨਪੁੱਟ ਜਾਂਦੇ ਆ ਓਨਟਾਰੀਓ ਗੌਰਮੈਂਟ ਕੋਲ ਕਿ ਵੀ ਅਸੀਂ ਉਹਨੂੰ ਸਾਨੂੰ ਹਾਈਵੇ ਚਾਹੀਦਾ, ਤਾਂ ਦੈਨ ਇਸ ਕੈਨ ਬੀ ਆਲਸੋ ਇਫੈਕਟ ਪਟੀਸ਼ਨ ਆਪਾਂ ਨੂੰ ਪਟੀਸ਼ਨ ਜਿਹੜੇ ਹੈਗੇ ਉਹਦੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਕ੍ਰੀਏਟ ਕਰਨੇ ਆ, ਤਾਂ ਕਿ ਜੇ ਇਨ ਕੇਸ ਇਹ ਗੌਰਮੈਂਟ ਕੈਂਸਲ ਵੀ ਕਰਦੀ ਹੈ ਜਾਂ ਉਹਨੂੰ ਹੋਲਡ ਵੀ ਕਰਦੀ ਹੈ, ਤਾਂ ਅੱਗੇ ਜਦੋਂ ਇਲੈਕਸ਼ਨ ਆਉਣੇ ਆ ਉਸ ਟਾਈਮ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਇਹ ਸਾਨੂੰ ਹਾਈਵੇ ਚਾਹੀਦਾ, ਇਹਦੇ ਲਈ ਤੁਸੀਂ ਕੀ ਕਰੋਗੇ, ਜਿਹੜੇ ਤਾਂ ਕਿ ਆਪਾਂ ਉਹਨਾਂ ਤੋਂ ਇੱਕ ਆਨਸਰ ਲੈ ਸਕਦੇ ਹਾਂਗੇ ਜਿਹੜਾ ਕਿ ਆਪਣੇ ਸਾਰੇ ਏਰੀਏ ਦੇ ਡਿਵੈਲਪਮੈਂਟ ਦੇ ਲਈ ਜ਼ਰੂਰੀ ਹੈਗਾ। ਜੇ ਤੁਸੀਂ ਇਹਦਾ ਅਦਰ ਇਫੈਕਟ ਦੇਖੋ ਜੀ, ਕਿਉਂਕਿ ਹੁਣ ਆਪਾਂ ਜੇ ਆਪਣੇ ਬ੍ਰੈਂਪਟਨ ਦੇ ਵਿੱਚ ਜਾਂ ਕੈਲਡਨ 'ਚ ਜਾਂ ਇਹਨਾਂ ਛੋਟੀਆਂ ਸਿਟੀਆਂ ਦੇ ਵਿੱਚ ਕੀ ਹੈਗਾ ਕਿ ਇੰਪਲਾਇਮੈਂਟ ਲੈਣ ਦਾ ਜਿਹੜਾ ਰੇਸ਼ੋ ਹੈ, ਇੰਪਲਾਇਮੈਂਟ ਅਤੇ ਰੈਜੀਡੈਂਸ਼ੀਅਲ ਦਾ ਰੇਸ਼ੋ ਇਜ਼ ਨੋਟ ਇਨ ਆਪਟੀਮਮ ਲੈਵਲ, ਬਿਲਕੁਲ, ਉਸ ਕਰਕੇ ਆਪਣੇ ਪ੍ਰੋਪਰਟੀ ਟੈਕਸਿਸ ਵੱਧਦੇ ਆ, ਬਿਲਕੁਲ। ਜਾਂ ਹੁਣ ਤੁਸੀਂ ਬ੍ਰੈਂਪਟਨ ਦਾ ਜਿਹੜਾ 28-29% ਹੈ ਜਿਹੜਾ ਕਿ 40% ਦੇ ਆਸ ਪਾਸ ਹੋਣਾ ਚਾਹੀਦਾ ਆਪਟੀਮਮ ਲੈਵਲ, ਪਰ ਇਹਦੇ ਵਿੱਚ ਸਿਟੀਆਂ ਦੀ ਵੀ ਕੋਈ ਇਸ਼ੂਜ਼ ਆ ਜਾਂਦੇ, ਕਿਉਂਕਿ ਸਿਟੀ ਚਾਹੁੰਦਾ ਹੈਗਾ ਇੰਪਲਾਇਮੈਂਟ ਲੈਣ ਵਧਾਉਣ ਦੇ ਲਈ, ਪਰ ਉਹ ਕੋਈ ਵੀ ਜਿਹੜਾ ਹੈਗਾ ਬਿਜ਼ਨਸਮੈਨ ਉੱਥੇ ਆਉਂਦਾ ਨਹੀਂ, ਕਿਉਂਕਿ ਹਾਈਵੇ ਦਾ ਕਰਕੇ ਉਹਨੂੰ ਟਰਾਂਸਪੋਰਟੇਸ਼ਨ ਦੀ ਇਸ਼ੂਜ਼ ਕਰਕੇ ਉੱਥੇ ਉਹ, ਆਪਾਂ ਦੇਖਿਆ ਹੋਣਾ ਬ੍ਰੈਂਪਟਨ 'ਚ ਬਹੁਤ ਸਾਰੀ ਲੈਂਡ ਪਹਿਲਾਂ ਇੰਪਲਾਇਮੈਂਟ ਲਈ ਕੀਤੀ ਹੈ, ਬਾਅਦ 'ਚ ਉੱਥੇ ਟਾਊਨ ਹਾਊਸ ਜਾਂ ਕੋਈ ਘਰ ਬਣ ਜਾਂਦੇ ਆ, ਬਿਲਕੁਲ ਪਿੱਛੇ ਜਿਹੇ ਵੀ ਮੁੱਦਾ ਉੱਠਿਆ, ਬਹੁਤ ਸਾਰੇ ਇਹੋ ਜਿਹੇ ਇਸ਼ੂ ਆਉਂਦੇ। ਉਹਦਾ ਰੀਜ਼ਨ ਇਹ ਹੈਗਾ ਕਿ ਉਹ ਸਿਟੀ ਚਾਹੁੰਦੀ ਹੈ ਵੀ ਇੰਪਲਾਇਮੈਂਟ ਬਣੇ, ਬਟ ਉਸ ਟਾਈਮ ਉਹਦੀ ਇੰਨੀ ਡਿਮਾਂਡ ਨਹੀਂ ਹੁੰਦੀ ਇੰਪਲਾਇਮੈਂਟ ਦੀ, ਤਾਂ ਉਹ ਜਿਹੜੇ ਲੈਂਡ ਲੋਕ, ਜਿਹੜੇ ਲੈਂਡ ਓਨਰਸ ਹੁੰਦੇ ਆ, ਉਹ ਉਸ ਚੀਜ਼ ਨੂੰ ਉਹ ਵੀ ਜਾ ਕੇ ਉਹ ਪੁਸ਼ ਕਰਦੇ ਹੈਗੇ ਕਿ ਇਹਦੀ ਜਿਹੜੀ ਜੋਨਿੰਗ ਚੇਂਜ ਕੀਤੀ ਜਾਵੇ, ਕਿਉਂਕਿ ਸਾਡੇ ਕੋਲ ਇਹਦੇ ਕੋਈ ਰਿਕੁਆਇਰਮੈਂਟ ਨਹੀਂ, ਕਿਉਂਕਿ ਜਿਹੜਾ ਹਾਈਵੇ ਇਹ ਕੀ ਫੈਕਟਰ ਹੈਗਾ, ਜੇ ਆਪਾਂ 40% ਇੰਪਲਾਇਮੈਂਟ ਲੈਂਡ ਲੈ ਆਉਂਦੇ ਹਾਂ ਤਾਂ ਆਪਣੇ ਜਿਹੜੇ ਪ੍ਰੋਪਰਟੀ ਟੈਕਸਿਸ ਹੈਗੇ ਆ ਉਹ ਕਾਫੀ ਥੱਲੇ ਆ ਸਕਦੇ ਆ, ਐਟਲੀਸਟ ਵਧਣਗੇ ਨਹੀਂ, ਉਹਨੂੰ ਸਟਾਪ ਹੋ ਸਕਦਾ। ਬਿਲਕੁਲ ਜੀ, ਸਾਡੇ ਕੋਲ ਇੱਕ ਲਾਸਟ ਕਾਲ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲੇ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ, ਕੌਣ ਸਾਹਿਬ ਬੋਲ ਰਹੇ ਹੋ? ਹਾਂਜੀ, ਸੁਖਵਿੰਦਰ ਬੋਲ ਰਿਹਾ ਜੀ। ਮੈਂ ਕਹਿਣਾ ਚਾਹੁੰਦਾ ਸੀ ਜਿਹੜੀਆਂ ਦੱਸ ਰਹੇ ਵੈਬਸਾਈਟਾਂ, ਹਾਂਜੀ, ਇਹ ਜੇ ਤੁਸੀਂ ਕੀ ਕਹਿੰਦੇ ਨੇ ਇਹਦੇ ਥੱਲੇ ਜਿਹੜੇ ਤੁਹਾਡੇ ਚੱਲ ਰਹੀ ਆ ਜਿਹੜੇ ਨਿਊਜ਼ ਚੱਲਦੀਆਂ ਉਹਦੇ ਤੇ, ਹਾਂਜੀ ਹਾਂਜੀ, ਜੇ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਜਾਂ ਕਿਸ ਤਰ੍ਹਾਂ ਵੀ ਕਰ ਦੋ, ਜੇ ਥੋੜੀ ਦਿਨਾਂ ਵਾਸਤੇ ਜਾਂ ਕੁਛ ਕੀ ਕਹਿੰਦੇ ਨੇ ਵੀਕਸ ਵਾਸਤੇ ਤੁਸੀਂ ਉਹ ਪ੍ਰੋਪਰ ਉਹ ਚੱਲਦੀ ਰਹੇ, ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਜਿਹੜੇ ਥੱਲੇ ਨਿਊਜ਼ ਪੜ੍ਹਦੇ ਆ ਉਹਨਾਂ ਨੂੰ ਉਹ ਚੀਜ਼ ਯਾਦ ਰਹੇ, ਕਿ ਉਹ ਜਾ ਕੇ ਵੈਬਸਾਈਟ ਤੇ ਜਾ ਕੇ ਉਹਦੇ ਬਾਰੇ ਕੀ ਕਹਿੰਦੇ ਨੇ ਉਹਦੀ ਵੋਟਿੰਗ ਕਰ ਲਈਏ। ਜ਼ਰੂਰ ਜੀ, ਜ਼ਰੂਰ, ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਜੀ, ਪਲੀਜ਼ ਇਹਦੇ ਬਾਰੇ ਜ਼ਰੂਰ, ਇਹਦੇ ਬਾਰੇ ਤੁਸੀਂ ਸੋਚਿਓ ਕਿ ਸ਼ਾਇਦ ਇਹਦੇ ਨਾਲ ਬਿਲਕੁਲ ਜ਼ਰੂਰ ਜੀ। ਅਸੀਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਜ਼ਰੂਰ ਰਿਕੁਐਸਟ ਕਰ ਦੂੰਗਾ ਕਿ ਉਹ ਇਹ ਜਿਹੜਾ ਥੱਲੇ ਟਿਕਟ ਚੱਲ ਰਿਹਾ ਉਹਦੇ ਉੱਤੇ ਇਹ ਵੈਬਸਾਈਟ ਔਰ ਈਮੇਲ ਐਡਰੈਸ ਜਿਹੜਾ ਹੈਗਾ ਉਹ ਜ਼ਰੂਰ ਅਸੀਂ ਅਪਡੇਟ ਕਰਵਾ ਦੇਵਾਂਗੇ।
ਸੋ ਬਲਕਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ ਸਮਾਂ ਸਾਨੂੰ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਪਿਆ ਥੈਂਕ ਯੂ ਜੀ ਦਿਲ ਦਾ ਕਰਦਾ ਸੀ ਕਿਉਂਕਿ ਟੋਪਿਕ ਜਿਹੜਾ ਆਪਣੇ ਖੇਤਰ ਨਾਲ ਰਿਲੇਟਡ ਆ ਸੋ ਤਾਂ ਕਰਕੇ ਇਹਦੇ ਉੱਤੇ ਹੋਰ ਡਿਟੇਲ ਡਿਸਕਸ਼ਨ ਹੋਣੀ ਚਾਹੀਦੀ ਸੀ ਬਟ ਸਮਾਂ ਜਿਹੜਾ ਉਹ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਜਿਹੜੀ ਆ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਡੀ ਕੋਈ ਵੀ ਫੀਡਬੈਕ ਹੋਵੇ ਜ਼ਰੂਰ ਸਾਨੂੰ ਸੰਪਰਕ ਕਰਨਾ ਔਰ ਜਿਸ ਤਰ੍ਹਾਂ ਬਲਕਰਨ ਜੀ ਨੇ ਦੱਸਿਆ ਕਿ ਤੁਸੀਂ ਇਹ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਉੱਤੇ ਜਾ ਕੇ ਆਈ ਵਾਂਟ HWY413.ca ਦੇ ਉੱਤੇ ਜਾ ਕੇ ਤੁਸੀਂ ਆਪਣੀ ਜਿਹੜੀ ਪਟੀਸ਼ਨ ਹੈਗੀ ਆ ਉਹ ਸਾਈਨ ਕਰ ਸਕਦੇ ਹੋ ਇਸ ਤੋਂ ਇਲਾਵਾ ਈਮੇਲਸ ਔਰ ਬਾਕੀ ਡਿਟੇਲਸ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਆਪਣੀ ਵੈਬਸਾਈਟ ਦੇ ਉੱਤੇ ਵੀ ਜ਼ਰੂਰ ਪਾਵਾਂਗੇ ਨਾਲ ਦੀ ਨਾਲ ਟੀ ਵੀ ਸਕਰੀਨ ਦੇ ਉੱਤੇ ਵੀ ਜ਼ਰੂਰ ਅਸੀਂ ਇਸਨੂੰ ਪਾ ਦੇਵਾਂਗੇ ਸੋ ਫਿਲਹਾਲ ਪਰਮਿੰਦਰ ਸਿੰਘ ਨੂੰ ਇੱਥੇ ਦਿਓ ਇਜਾਜ਼ਤ ਮੁਲਾਕਾਤ ਹੁੰਦੀ ਹੈ ਕੱਲ੍ਹ ਦੁਬਾਰਾ ਫਿਰ ਤੁਸੀਂ ਦੇਖਦੇ ਰਹੋ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ ਕਾਲ ਰੋਜਰਸ ਔਰ ਬੈਲ ਟੂਡੇ ਐਂਡ ਸਬਸਕ੍ਰਾਈਬ ਟੂ ਚੈਨਲ ਵਾਈ ਚੈਨਲ ਵਾਈ For more information, visit SouthAsiaDaily.com. You are watching Channel Y, a South Asian Canadian channel.